ਕੁੱਤਿਆਂ ਦੀ ਦੌੜ ਚ ਨੀ ਭੱਜਦੇ ਰੌਲਾ ਤੁਹਾਡੇ ਨਾਲ ਮੇਰਾ ਕੋਈ ਵਿਚਾਰ ਨਹੀਂ ਔਰ ਜੰਗਾਂ ਵਿੱਚ ਏ ਤੇ ਆਉਂਦੀ ਮਿੱਠੀਏ ਤੇ ਲਾਇੜਾ ਚੋਂ ਆਉਂਦਾ ਤੇਰਾ ਯਾਰ ਨਹੀਂ ਜੰਗਾਂ ਵਿੱਚ ਏ ਤੇ ਆਉਂਦੀ ਮਿੱਠੀਏ ਤੇ ਲਾਇੜਾ ਚੋਂ ਆਉਂਦਾ ਹਾਂਜੀ ਗਾਇਸ ਕੀ ਹਾਲ ਚਾਲ ਹੈ ਜੀ ਵੈਲਕਮ ਬੈਕ ਟੂ ਜੱਟ ਲਾਈਫ ਟੀਵੀ ਮੈਂ ਤੁਹਾਡਾ ਭਰਾ ਜਸਪ੍ਰੀਤ ਲੈ ਕੇ ਆਇਆ ਜੀ ਤੁਹਾਡੇ ਸਾਰਿਆਂ ਦੇ ਲਈ ਇੱਕ ਹੋਰ ਯੂਟਿਊਬ ਵੀਡੀਓ ਤੇ ਅੱਜ ਦੀ ਵੀਡੀਓ ਬਾਈ ਸਟਾਰਟ ਕਰਨ ਤੋਂ ਪਹਿਲਾਂ ਆਹ ਮੇਰੀ ਜੈਕਟ ਹੈ ਜੀ ਆਹ ਮੈਂ ਪਹਿਲੀ ਵੀਡੀਓ ਦੇ ਵਿੱਚ ਪਾਈ ਸੀਗੀ ਤੇ ਅੱਜ ਵੀ ਮੈਨੂੰ ਯਾਦ ਹੈ ਮੈਂ ਪਹਿਲੀ ਵੀਡੀਓ ਬਣਾਈ ਸੀਗੀ ਯਾਰ ਬਹੁਤ ਹੀ ਜ਼ਿਆਦਾ ਹੈ ਨਾ ਨਰਵਸ ਲਾ ਲਓ ਹਿਚਕਚਾਹਟ ਲਾ ਲਓ ਕਿ ਬਾਈ ਕਿੱਦਾਂ ਬਣੂ ਗੱਲ ਹੈ ਨਾ ਕਿ ਚੈਨਲ ਤਾਂ ਸਟਾਰਟ ਕਰਨ ਲੱਗੇ ਹਾਂ ਕੋਈ ਟਾਈਮ ਆਊਗਾ ਬਈ ਅੱਜ ਉਹ ਵੀ ਟਾਈਮ ਆ ਗਿਆ ਕਿ ਬਾਈ 35,000 ਆਪਣੇ ਸਬਸਕ੍ਰਾਈਬਰ ਹੋ ਚੱਲੇ ਆ ਅਤੇ ਬਹੁਤ ਵਧੀਆ ਵਿਊਜ਼ ਆ ਰਹੇ ਆ ਆਪਣੇ ਚੈਨਲ ਦੇ ਉੱਤੇ ਯਾਰ ਉਹਦੇ ਲਈ ਯਾਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਨਾ ਅਤੇ ਜੇ ਅੱਜ ਪਹਿਲੀ ਜੈਕਟ ਲਿਆਉਂਦੀ ਆ ਆਪਾਂ ਅਤੇ ਆਪਾਂ ਅੱਜ ਤੁਹਾਨੂੰ ਗਿੱਲ ਬਾਈ ਨੂੰ ਮਿਲਾਉਂਦੇ ਹਾਂ ਮੈਂ ਇਸ ਟਾਈਮ ਯਾਰਡ 'ਚ ਹੈਗਾ ਆਪਣੇ 'ਚ ਬਾਈਸਨ ਟਰਾਂਸਪੋਰਟ ਦੇ 'ਚ ਉਹ ਉੱਧਰ ਬੈਠਾ ਹੋ ਕਿਤੇ ਅਤੇ ਆਪਾਂ ਚੱਲਦੇ ਹਾਂ ਮੈਂ ਉਹਨੂੰ ਕਹਿ ਗਿਆ ਮੈਨੂੰ ਹਾਰਨ ਮਾਰੀ ਹੈ ਨਾ ਉਹਨੂੰ ਲੱਗੂਗਾ ਕਿ ਇਹ ਸਕ੍ਰਿਪਟਡ ਆ ਤੁਹਾਨੂੰ ਪਹਿਲਾਂ ਹੀ ਦੱਸਤਾ ਉਹ ਉੱਥੇ ਗਿੱਲ ਬਾਈ ਬੈਠਾ ਆਪਣਾ ਅਤੇ ਮਿਲਦੇ ਆ ਚੱਲ ਕੇ ਉਹਨੂੰ ਆਹ ਗਾ ਜੀ ਸਾਡਾ ਯਾਰ ਬਾਈਸਨ ਟਰਾਂਸਪੋਰਟ ਦਾ ਉਹ ਬਾਈ ਸੈਂਟਰ ਲੱਗਾ ਕੰਮ 'ਤੇ ਅਤੇ ਆਪਾਂ ਚੱਲਦੇ ਹਾਂ ਹੁਣ ਹੁਣ ਵੇਖਿਓ ਹਾਰਨ ਮਾਰੂਗਾ ਜਦੋਂ ਮੈਂ ਇੱਧਰ ਨੂੰ ਚੱਲ ਗਿਆ ਲਾ ਹੁਣ ਹਾਰਨ ਮਾਰੂਗਾ ਦੇਖਿਆ ਮਾਰਤਾ ਨਾ ਹਾਰਨ ਤੁਹਾਨੂੰ ਦੱਸਿਆ ਨਾ ਮੈਂ ਔਡੀ ਲਈ ਫਿਰਦਾ ਜੱਟ ਅੱਜ ਲਾਉਂਦੇ ਆਪਾਂ ਗੱਡੀ ਸਾਈਡ 'ਤੇ ਆ ਹੈਗੀ ਜੀ ਮੇਰੀ ਕਮੈਰੋ ਵਾਈਟ ਕਲਰ ਗੰਦੀ ਹੋਈ ਪਰ ਥੋੜ੍ਹੀ ਜੀ ਉਹ ਕਿੱਦਾਂ ਸੋਹਣਿਆ ਉਹ ਬੱਲੇ ਔਡੀ ਚੱਕੀ ਫਿਰਦਾ ਜੱਟ A4 ਗਿੱਲ ਗਿੱਲ ਨੂੰ ਕਈ ਬੰਦੇ ਮਿਸ ਕਰਦੇ ਬਾਈ ਗਿੱਲ ਕਿੱਥੇ ਗਿਆ ਗਿੱਲ ਕਿੱਥੇ ਗਿਆ ਠੀਕ ਠਾਕ ਸਾਰੇ ਸਭ ਚੜ੍ਹਦੀ ਗਲਾ ਭਰਾ ਜੱਟ ਲਾਈਫ ਵਾਲੇ ਆਪਣੇ ਤੈਨੂੰ ਡੀਕ ਦੇ ਕੇ ਕਰਦੇ ਹੈਲੋ ਹਾਏ ਬੰਦਿਆਂ ਨੂੰ ਹਾਂਜੀ ਕਿੱਦਾਂ ਫੈਮ ਠੀਕ ਠਾਕ ਸਾਰੇ ਬਸ ਕਮੈਂਟ ਕਰਕੇ ਹਾਲ ਚਾਲ ਆਪਣੇ ਬਸ ਠੀਕ ਆ ਡੀ ਚੱਕੀ ਫਿਰਦਾ ਜੱਟ ਔਡੀ ਦੀ ਵਾਹ ਕਿੰਨੇ ਕੁ ਦੀ ਲਿਆਂਦੀ ਆ ਇਹ ਨਹੀਂ ਮਾਰੇ ਦੱਸਣਾ ਇਹ ਕੰਮ ਸੀਕ੍ਰੇਟ ਰੱਖਣਾ ਅੱਛਾ ਕੋਈ ਨਹੀਂ ਆਪਾਂ ਗੱਡੀ ਦਾ ਬਿਲਕੁਲ ਰਿਵੀਲ ਨਹੀਂ ਨਾ ਕਰਿਆ ਕਰਨਾ ਇਹ ਤੋਂ ਬਾਅਦ ਅੱਛਾ ਮਹਿੰਗੀਆਂ ਮਹਿੰਗੀਆਂ ਗੱਡੀਆਂ ਲਿਆ ਕਰਨੀਆਂ ਮਹਿੰਗੇ ਮਹਿੰਗੇ ਕੰਮ ਕਰਿਆ ਕਰਨੇ ਰਿਵੀਲ ਨਹੀਂ ਕਰਨਾ ਉਹ ਫੇਰ ਤੂੰ ਵੀ ਫੇਰ ਸ਼ੁਰੂ ਹੋ ਗਿਆ ਫੇਰ ਸ਼ੁਰੂ ਹੋ ਗਿਆ ਇਹ ਬਾਈ ਮਿਲਦਾ ਬਾਅਦ ਚੋਂ ਇਹਦੀਆਂ ਪਤਾ ਕੀ ਗੱਡੀ ਦਾ ਆਪਾਂ ਤੁਹਾਨੂੰ ਅੱਜ ਬਾਈ ਰਿਵਿਊ ਵੀ ਦੇਵਾਂਗੇ ਕਿਹੜੀ ਗੱਡੀ ਆ ਔਡੀ A4 ਔਡੀ A4 ਕੁਆਟਰੋ ਹੁਣ ਪਹਿਲਾਂ ਇਹ ਦੱਸ ਖਵਾ ਕੀ ਰਿਹਾ ਚੱਲਦੇ ਆ ਬਾਹਰ ਤੇ ਦੇਖਦੇ ਕੀ ਖਾਣਾ ਬਾਹਰ ਚੱਲ ਯਾਰ ਇਥੋਂ ਇਹ ਜੰਗਲ ਚੋਂ ਚੱਲ ਇੱਥੇ ਜੰਗਲ ਦੇ ਵਿੱਚ ਬਹੁਤ ਹੀ ਜ਼ਿਆਦਾ ਸ਼ੇਰ ਘੁੰਮ ਰਹੇ ਨੇ ਟਰੱਕਾਂ ਵਾਲੇ ਹਨਾ ਟਰੱਕ ਹੀ ਟਰੱਕ ਭਰਾਵਾ ਨਿਕਲਦੇ ਆ ਨਿਕਲੀਏ ਆ ਮੈਂ ਗੱਡੀ ਲੌਕ ਕਰ ਦਵਾਂ ਮਾੜੀ ਜੀ ਇੱਕ ਮਿੰਟ ਗਰੀਬ ਬੰਦਿਆਂ ਦੀ ਗੱਡੀ ਭਾਈ ਇਹ ਅਮੀਰ ਬੰਦੇ ਔਡੀਆਂ ਚੱਕੀ ਫਿਰਦੇ ਆ ਪਰ ਚਲੋ ਯਾਰ ਮਹਾਰਾਜ ਨਾ ਸਾਰਿਆਂ ਨੂੰ ਚੜ੍ਹਦੀ ਕਲਾ ਜੀ ਇੱਦਾਂ ਹੀ ਰੱਖਣ ਵੇਖ ਲਾ ਹਨਾ ਕਿੱਥੋਂ ਦੀਆਂ ਚੱਲੇ ਆ ਤੇ ਕਿੱਥੇ ਆ ਮੈਂ ਆਇਆ ਜੋ ਵੀ ਸੋਚਿਆ ਸੀ ਯਾਰ ਉਹੀ ਉਹੀ ਸਭ ਪਾਇਆ ਜਿਹੜੇ ਬੋਲਦੇ ਸੀ ਮਾੜਾ ਖਾਂਦੇ ਸਾਡੇ ਤੋਂ ਸੀ ਸਾੜਾ ਉਹ ਦੱਸ ਦੋ ਵੀ ਤੁਹਾਡਾ ਯਾਰਾ ਕੀ ਆ ਚਰਾਇਆ ਮੈਂ ਕਿਤੇ ਗਾਣਾ ਨਾ ਗਾ ਦੇਵਾਂ ਬਾਈ ਕੋਈ ਗੱਲ ਨੀ ਚਾਹੀ ਬਹੁਤ ਚੜ੍ਹਦਾ ਬਸ ਮੇਰਾ ਕੰਮ ਚੱਲ ਰਿਹਾ ਆ ਪ੍ਰੋਡਿਊਸਰ ਜੀ ਆ ਗਏ ਨੇ ਹੁਣ ਆਪਣੇ ਇਹਨਾਂ ਨੇ ਹੁਣ ਹਲਾ ਹਲਾ ਰਿਮੋਟ ਤੇਰੇ ਕੋਲ ਵੀ ਆ ਗਿਆ ਰਿਮੋਟ ਆ ਰਿਮੋਟ ਨਾ ਵੇਖੋ ਭਾਈ ਬੂਹੇ ਖੋਲ ਦਈਦੇ ਆ ਖੁੱਲ ਜਾ ਸਿਮ ਸਿਮ ਵਾਹ ਮੈਂ ਕਿਹਾ ਆਹੋ ਮੈਂ ਕਿਹਾ ਤੇਰਾ ਗਾਣਾ ਆਪਾਂ ਕਰਵਾ ਦੇਣਾ ਹੁਣ ਮੈਂ ਤਾਂ ਇਹ ਟਰੱਕ ਤੋਂ ਛੁੱਟੀਆਂ ਲਈਆਂ ਅੱਛਾ ਹੋਰ ਮੈਂ 뮤직 ਦੀ ਕਲਾਸਾਂ ਲੈ ਰਿਹਾ ਹੁਣ ਮੈਂ ਗਾਣਾ ਆ ਰਿਹਾ ਤੇ ਮੇਰਾ ਗਾਣਾ ਭਰਾ ਕਢਾ ਰਿਹਾ ਆ ਤੇ ਆ ਜਾਊਗਾ ਮੈਂ 5 ਕੁ ਸਾਲਾਂ ਤੱਕ ਬਸ ਜਿਹਦੇ ਚ ਮੈਂ 뮤직 ਸਿੱਖ ਲਿਆ ਫਿਰ ਨਾਲ ਹੀ ਆ ਜਾਣਾ ਬਸ 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 ਨਹੀਂ ਬਾਈ ਗਾਣੇ ਗੁਣੇ ਦੀ ਨਹੀਂ ਕੋਈ ਗੱਲ ਪਰ ਹਾਂ ਆਪਣੇ ਬਾਈ ਭੁੱਲਰ ਦਾ ਜ਼ਰੂਰ ਗਾਣਾ ਆ ਰਿਹਾ ਇਹਨੂੰ ਵੀ ਪਤਾ ਆ ਪਰ ਉਹਦੀ ਵੀਡੀਓ ਡਾਇਰੈਕਸ਼ਨ ਵੀ ਮਿੱਤੇ ਆ ਜਦੋਂ ਫਿਰ ਮੈਂ ਉਹ ਵੀ ਸਿੱਖ ਲਈ ਬੜਾ ਬੜਾ ਪਾਡਾ ਬੜਾ ਪਾਡਾ ਮੈਂ ਤਾਂ ਦੱਸੀ ਜਾਣਾ ਪਰ ਬਾਈ ਇਹ ਆ ਕਿ ਹਨਾ Day 1 ਪਹਿਲੀ ਵੀਡੀਓ 'ਚ ਇਹ ਜਾਕਟ ਪਾਈ ਸੀਗੀ ਪਹਿਲੀ ਵੀਡੀਓ ਦੇ 'ਚ ਆਹੀ ਬੰਦਾ ਸੀਗਾ ਕਿੱਦਾਂ ਫਿਰ ਜੱਟ ਲਈ ਚੜਿਆ ਫਿਰਦਾ ਭਲਾ ਹੋਰ ਬਸ ਤੇਰੇ ਕਰਕੇ ਬ੍ਰੋ ਦੇਖ ਪਤਾ ਕੀ ਚੰਗੇ ਬੰਦਿਆਂ ਕਰਕੇ ਚੜਾਈ ਹੁੰਦੀ ਆ ਅਸੀਂ ਜਾ ਰਹੇ ਹਾਂ ਬਾਈ ਕੋਈ ਚੀਜ਼ੀ ਚੂਜੀ ਖਾ ਕੇ ਆਉਂਦੇ ਹਾਂ ਇਹਨੇ ਰੋਈ ਜਾਣਾ ਬੈਲਟ ਨੂੰ ਆਹੋ ਲਓ ਤੇ ਪਾਉਣੀ ਪੈਣੀ ਆ ਬਈ ਭਰਾਵਾ ਬੈਲਟ ਹੋਰ ਕੀ ਆ
ਮੈਂ ਉੱਥੇ ਗਿਆ ਸੀ ਨਾ ਟੋਰਾਂਟੋ, ਉੱਥੇ ਵੀ ਸੇਮ ਸ਼ਰਟ ਸੀਗੀ ਉਹ ਚਾਰਜਰ ਦੀ। ਐਪ ਕਰਦਾ ਜੱਟ। ਕਰ ਲਓ ਡਰਾਈਵ ਥਰੂ। ਇਹ ਤਾਂ ਡਰਾਈਵ ਥਰੂ 'ਚ ਆਪਾਂ ਨੂੰ ਖੂੰਜੇ ਲਾ ਦਿੱਤਾ ਉਹ ਇਹਨਾਂ ਨੇ। ਨਹੀਂ ਇਹਨਾਂ ਦਾ ਯਾਰ, ਚੱਲ ਇਹਨਾਂ ਦਾ ਮੈਂ ਰਿਵਿਊ ਦਿੰਦਾ। ਫਰੈਸ਼ ਇਹਨਾਂ ਦਾ ਹਮੇਸ਼ਾ ਫਰੈਸ਼ ਹੁੰਦਾ। ਅੱਛਾ ਰਾਈਟ ਵੇ ਬਣਾ ਕੇ ਦਿੰਦੇ ਆ। ਵਧੀਆ। ਚਲੋ ਗੱਡੀ ਦੀ ਪਾਰਟੀ ਤੇ ਬਰਗਰ ਖਾ ਕੇ ਸਾਰ ਰਹੇ ਹਾਂ ਕਿਉਂਕਿ ਇੱਥੇ ਲਾਗੇ ਤਾਂ ਕੋਈ ਇੰਡੀਅਨ ਰੈਸਟੋਰੈਂਟ ਨਹੀਂ ਹੈਗਾ। ਮੈਂ ਸੱਚੀ ਦੱਸ ਰਿਹਾ ਤੁਹਾਨੂੰ, ਇਹ ਤਾਂ ਨਹੀਂ ਲੱਗ ਰਿਹਾ, ਤੁਹਾਨੂੰ ਇਹ ਤਾਂ ਨਹੀਂ ਲੱਗ ਰਿਹਾ ਮੈਂ ਝੂਠ ਬੋਲ ਰਿਹਾ। ਜੇ ਤੁਹਾਨੂੰ ਇਹ ਲੱਗ ਰਿਹਾ ਮੈਂ ਝੂਠ ਬੋਲ ਰਿਹਾ ਤੇ ਕੋਈ ਇੰਡੀਅਨ ਰੈਸਟੋਰੈਂਟ ਨਹੀਂ ਹੈਗਾ ਇੱਥੇ ਵੈਸੇ, ਪਰ ਚੱਕਰ ਇੱਦਾਂ ਯਾਰ ਬੰਦ ਆ ਨਾ ਸਵੇਰੇ। ਸਵੇਰ ਦਾ ਕੀ ਟਾਈਮ ਹੋਇਆ? 9:30 ਵਜੇ ਆ ਸਵੇਰ ਦੇ, ਤੇ ਇਹਨਾਂ ਨੇ ਖੋਲ੍ਹਣਾ ਆਈ ਗਿਆ 11:30 ਬੰਦ ਪਏ ਆ ਇਹ। ਨਹੀਂ ਤਾਂ ਭਰਾ ਮੇਰੇ ਨੇ ਬੱਕਰਾ ਖਵਾਉਣਾ ਸੀ ਨਾਲ ਚਿਕਨ ਨਾਲ ਨਾਨ ਬ੍ਰੈਡ ਚਾਵਲ ਸਭ ਕੁਝ ਚਾਵਲ ਉਹ ਮੈਂ ਸੋਚਦਾ ਭਾਈ ਏਦਾਂ ਟਰੱਕ ਬਾਲੀਏ ਆਪਾਂ ਵੀ ਨਾ ਹੁਣ ਆਪਾਂ ਹੁਣ ਏਦਾਂ ਦਾ ਲੈ ਕੇ ਭੁੰਡੀ ਜੀ ਹੈ ਨਾ ਤੁਰੇ ਫਿਰਿਆ ਕਰੀਏ ਕੈਲਗਰੀ ਕੈਲਗਰੀ ਚ। ਮੈਂ ਏਦਾਂ ਦਾ ਲੈਣਾ ਪਰ ਮੈਂ ਨਾ ਕਸਟਮਾਈਜ਼ ਕਰਾਉਣਾ, ਮੈਂ ਬੰਕ ਲਵਾਉਣਾ ਨਾਲ, ਕਿਤੇ ਬੰਦੇ ਨੀਂਦ ਨਾ ਤਾਂ ਆਉਂਦੀ ਹੈ ਨਾ ਸੌਣ ਲਈ ਰੈਸਟ। ਬਹੁਤ ਤੈਨੂੰ ਵੈਸੇ ਨੀਂਦ ਦੀ ਬਹੁਤ ਜ਼ਿਆਦਾ ਲੋੜ ਰਹਿੰਦੀ ਮੈਨੂੰ ਪਤਾ। ਵੇਖੋ ਜੀ ਨੀਂਦ ਸਰੀਰ ਲਈ ਜਾਊ ਬਾਈ। ਇੱਕ ਗੁੱਡ ਨਿਊਜ਼ ਵੀ ਹੈਗੀ ਆ, ਦੇ ਦਈਏ? ਨਹੀਂ 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 ਅਜੇ ਨਹੀਂ ਦੇਣੀ। ਆ ਰਹੀ ਆ ਉਹ ਗੁੱਡ ਨਿਊਜ਼, ਛੇਤੀ ਆ ਰਹੀ ਆ, ਬਹੁਤ ਛੇਤੀ ਆ ਰਹੀ ਆ, ਬਹੁਤ ਹੀ ਜਲਦੀ ਦੇ ਦਈਏ। ਮੈਂ ਤੈਨੂੰ ਤਾਂਤਰਿਕ ਨਾ ਮਿਲਾ ਦਿੰਦਾ ਇੱਥੇ ਆਪਣੇ ਕੈਲਗਰੀ ਤਾਂਤਰਿਕ। ਬਾਬਿਆਂ ਨੂੰ ਨੀ ਮੰਨਦਾ ਬਾਈ, ਮੰਨਣਾ ਵੀ ਨੀ ਚਾਹੀਦਾ। ਦੇ ਦੇ ਸਾਰਿਆਂ ਨੇ ਮੈਸੇਜ ਬਾਈ, ਬਾਬਿਆਂ ਲੰਡੂ ਬਾਬਿਆਂ ਨੂੰ ਨੀ ਮੰਨਣਾ ਚਾਹੀਦਾ, ਮਹਾਰਾਜ ਨੂੰ ਮੰਨੋ, ਜਿਹੜੇ ਵੀ ਰੱਬ ਨੂੰ ਤੁਸੀਂ ਮੰਨਦੇ ਆ, ਡਜ਼ਨਟ ਮੈਟਰ ਚਾਹੇ ਉਹ ਤੁਹਾਡੇ ਰਾਮ ਜੀ ਹੈ, ਚਾਹੇ ਤੁਹਾਡੇ ਗੁਰੂ ਗ੍ਰੰਥ ਸਾਹਿਬ ਜੀ ਹੈ, ਅੱਲਾ ਜੀ ਹੈ, ਕੋਈ ਵੀ ਨੇ, ਉਹਨਾਂ ਨੂੰ ਮੰਨੋ, ਫੇਕ ਬਾਬਿਆਂ ਨੂੰ ਨੀ ਮੰਨਣਾ ਹੈ ਨਾ। ਭਾਵੇਂ ਹੁਣ ਜਨਤਾ ਆਪਣੇ ਮਗਰ ਹੀ ਪੈ ਜਾਵੇ, ਕੰਟਰੋਵਰਸ਼ੀਅਲ ਬਿਆਨ ਦੇ ਚੁੱਕੇ ਨੇ ਜੱਟ ਲਾਈਫ ਵਾਲੇ। ਤੇ ਬਾਈ ਮੈਨੂੰ ਇੱਕ ਗੱਲ ਦੱਸ, ਇੰਨੇ ਮਹੀਨੇ ਹੋ ਗਏ, ਇੰਨੇ ਮਹੀਨੇ ਹੋ ਗਏ, ਬਹੁਤ ਹੀ ਜ਼ਿਆਦਾ ਮਹੀਨੇ ਹੋ ਗਏ, ਕਿੱਥੇ ਗਿਆ ਸੀ ਭਰਾ? ਦੇ ਜਵਾਬ, ਬਹੁਤ ਪੁੱਛਦੇ ਮੈਨੂੰ ਇਹ। ਮੈਂ ਭਗਤੀ ਚ ਲੀਨ ਸੀ ਇਸੇ ਕਹਤੇ ਹੈ ਜੱਟ ਲਾਈਵ, ਜੱਟ ਲਾਈਵ। ਮੈਂ ਰੱਬ ਪਾਉਣ ਦੇ ਪਿੱਛੇ ਹੋਇਆ ਹੁਣ ਇੰਸਟਾਗ੍ਰਾਮ ਦੱਸੋ ਨਾ, ਮੈਂ ਬਾਈ ਦੀ ਇੰਸਟਾਗ੍ਰਾਮ ਥੱਲੇ ਪਾਉਣਾ ਡਿਸਕ੍ਰਿਪਸ਼ਨ ਚ, ਜਾ ਕੇ ਚੈੱਕ ਕਰਿਓ। ਤੇ ਆਪਣੇ ਜੱਟ ਲਾਈਫ ਦਾ ਵੀ ਹੈਗਾ ਇੰਸਟਾਗ੍ਰਾਮ ਪੇਜ, ਤੁਹਾਨੂੰ ਪਤਾ ਆ, ਕਈਆਂ ਨੂੰ ਨਹੀਂ ਪਤਾ ਤੇ ਜੱਟ ਲਾਈਫ ਟੀਵੀ ਸਰਚ ਕਰੋ ਇੰਸਟਾਗ੍ਰਾਮ ਤੇ, ਫੋਲੋ ਕਰੋ ਜਾ ਕੇ ਇੰਸਟਾਗ੍ਰਾਮ ਤੇ ਸਾਨੂੰ। ਤੇ ਬਾਈ ਬਰਗਰ ਤਾਂ ਤੇਰੇ ਹਜੇ ਤੱਕ ਨਹੀਂ ਆਏ, ਕੋਈ ਚੱਕਰ ਨਹੀਂ, ਬਣ ਰਹੇ ਨਵੇਂ, ਮਾਰਤੇ ਭੁੱਖੇ ਬਰੇ ਗਰੀਬ ਜੀ। ਬਾਬਿਓ ਆਹ ਵੇਖੋ ਜੀ, ਹੈਗੀ ਆ 2018 ਮਾਡਲ ਆਡੀ ਕੁਆਟਰੋ A4 ਆ ਨਾ, ਵਾਈਟ ਕਲਰ 4-door ਸਡਾਨ ਹੈਗੀ ਆ ਇਹ। ਤੇ ਬਾਈ ਬਹੁਤ ਹੀ ਜ਼ਿਆਦਾ ਵਧੀਆ ਗੱਡੀ ਲੱਗੀ ਮੈਨੂੰ, ਮੈਂ 3rd-4th ਵਾਰੀ ਬੈਠਾ ਇਸ ਕਾਰ ਦੇ ਵਿੱਚ। ਆਹ ਬੈਕ ਸਾਈਡ ਹੈਗੀ ਹੈ ਜੀ ਆਡੀ ਦੀ, ਵਧੀਆ ਇਹਨੇ ਬਾਈ ਨੇ ਕਾਲੇ ਸ਼ੀਸ਼ੇ ਕਰਾਏ ਆ। ਇੱਥੇ ਕਨੇਡਾ ਦੇ ਵਿੱਚ ਕੀ ਹੁੰਦਾ, ਤੁਸੀਂ ਜਿਹੜੇ ਪਿਛਲੇ ਸ਼ੀਸ਼ੇ ਆ ਨਾ ਤੁਸੀਂ ਵਧੀਆ ਕਾਲੇ ਕਰਾ ਸਕਦੇ ਆ, ਬੈਕ ਮਿਰਰ ਕਰਾ ਸਕਦੇ ਆ ਲੀਗਲੀ, ਫਰੰਟ ਨਹੀਂ ਤੁਸੀਂ ਕਰਾ ਸਕਦੇ ਦੋਨੇ ਆ, ਜਿਹੜਾ ਮੇਨ ਫਰੰਟ ਵਿੰਡਸ਼ੀਲਡ ਇਹ ਆਈ ਗੈਸ 18 ਇੰਚ ਦੇ ਵਿੱਚ ਅਲੋਏ ਵੀ ਲੱਗੇ ਹੋਏ ਆ। ਵਧੀਆ ਗੱਡੀ ਆ ਪਰ ਥੋੜ੍ਹੀ ਜਿਹੀ ਯਾਰ ਧੋਣ ਵਾਲੀ ਆ। ਮਨਜੋਤ ਸਿਆ ਆਪ ਤੂੰ ਚਿੱਟੀ ਟੀ ਸ਼ਰਟ ਪਾਈ ਫਿਰਦਾ, ਗੱਡੀ ਤੂੰ ਧੋਂਦਾ ਨਹੀਂ ਹੋਏ। ਆਹੋ ਬਹੁਤ ਵਧੀਆ ਗੱਡੀ ਆ। ਹੁਣ ਬਾਈ ਇਹਦਾ ਆਪਾਂ ਤੁਹਾਨੂੰ ਵਿਖਾਉਂਦੇ ਇੰਟੀਰੀਅਰ। ਆਹ ਹੈਗਾ ਜੀ ਗੱਡੀ ਦਾ ਇੰਟੀਰੀਅਰ, ਬਲੈਕ ਲੈਦਰ ਦੀਆਂ ਸੀਟਾਂ ਨੇ, ਤੇ ਫਰੰਟ ਦਾ ਜਿਹੜਾ ਡੈਸ਼ਬੋਰਡ ਆ ਬਾਈ ਇਹੋ ਜਿਹਾ ਆ। ਡੋਂਟ ਮਾਇੰਡ, ਥੋੜ੍ਹੀ ਜਿਹੀ ਗੰਦੀ ਆ ਗੱਡੀ, ਬਿਕੋਜ਼ ਬਾਈ ਕੰਮਾਂ ਕਾਰਾਂ ਵਾਲਿਆਂ ਬੰਦਿਆਂ ਦੀ ਗੱਡੀ ਆ ਇਹ, ਹੈ ਇਸ ਕਰਕੇ ਥੋੜ੍ਹਾ ਜਿਹਾ ਹੁੰਦਾ ਯਾਰ, ਬੰਦੇ ਨੂੰ ਟਾਈਮ ਨਹੀਂ ਲੱਗਦਾ। ਵਧੀਆ ਬਲੈਕ ਸੀਟਾਂ ਨੇ ਤੇ ਸਟੀਰੀਓ ਆ ਉੱਪਰ, ਐਪਲ ਕਾਰਪਲੇ ਵਗੈਰਾ ਸਾਰੇ ਫੀਚਰ ਆ ਇਹ 'ਚ, ਵਧੀਆ ਸਕਰੀਨ ਲੱਗੀ ਆ। ਤੇ ਜੇ ਹੁਣ ਆਪਾਂ ਗੱਲ ਕਰੀਏ ਫਰੰਟ ਲੈਗ ਰੂਮ ਦੀ, ਆਪਾਂ ਬਹਿ ਕੇ ਦਿਖਾ ਦਿੰਦੇ ਹਾਂ ਤੁਹਾਨੂੰ, ਅੱਗੇ ਵਾਧੂ ਥਾਂ ਆ ਬਾਈ ਬੈਠਣ ਨੂੰ। ਤੇ ਡਰਾਈਵਰ ਸਾਹਿਬ ਸਾਡੇ 6+ ਨੇ, 6 ਫੁੱਟ ਸਮਥਿੰਗ। ਬਹਿ ਕੇ ਵਿਖਾ ਬਾਈ ਕਿੱਦਾਂ ਵਧੀਆ ਵਧੀਆ ਉਹਨਾਂ ਤੋਂ ਵਧੀਆ ਲੈਗ ਰੂਮ ਹੈਗਾ।
ਵਧੀਆ ਗੱਡੀ ਅੱਗੋਂ ਖੁੱਲੀ ਆ, ਪਰ ਬ੍ਰੋ ਅਸਲ ਟੈਸਟ ਤਾਂ ਪਿੱਛੇ ਬਹਿ ਗਏ ਹੋਣਾ, ਪਿੱਛੇ ਵੇਖੀਏ ਬਹਿ ਗਏ। ਚੱਲ ਮੈਂ ਤਾਂ ਭਾਵੇਂ ਛੋਟਾ ਹੀ ਹਾਂ ਬਾਈ, ਹੁਣ ਆਪਾਂ ਬਹਿ ਕੇ ਵੇਖਦੇ ਹਾਂ ਪਿੱਛੇ। ਥੋੜ੍ਹਾ ਜਿਹਾ ਇੱਥੇ ਪਿਆ ਆ ਸਮਾਨ ਬਾਈ ਦਾ। ਹਾਂ ਹੁਣ ਬੈਠ ਪਿੱਛੇ, ਹੁਣ ਲੱਗੂ ਪਤਾ, ਇਹਦੇ ਤਾਂ ਮੈਂ ਫਸ ਗਿਆ ਨਾ ਬਾਈ, ਪਿੱਛੇ ਔਖਾ। ਸਿੱਧੀਆਂ ਕਰੀ ਲੱਤਾਂ, ਸਿੱਧੀਆਂ ਕਰ ਲੱਤਾਂ, ਇਹ ਤਾਂ ਐਂ ਕਰਾਂ ਯਾਰ। ਦੇਖ ਬੰਦਾ ਹੁਣ ਤੂੰ ਭਰਾ ਆਪਦੀ, ਤੂੰ ਆਪਦੀ ਗੱਡੀ ਤਾਰੀਫ ਤੇ ਕਰਨੀ ਏ, ਨਹੀਂ ਬਹੁਤ ਵਧੀਆ। ਪਿੱਛੇ ਦੇ ਏਸੀ ਵਗੈਰਾ ਦੇ ਫੀਚਰ ਵੀ ਹੈਗੇ ਆ, ਤੇ ਚਾਰਜਿੰਗ ਪੋਰਟ ਇੱਥੇ ਨਾ ਲਾ ਸਕਦੇ ਆ ਆਪਾਂ, ਜਿਹੜਾ ਪੋਰਟ ਹੁੰਦਾ ਆ ਪਲੱਗ ਜਿਹਾ। ਬਹੁਤ ਵਧੀਆ ਗੱਡੀ ਯਾਰ, ਸਨਰੂਫ ਅੱਛਾ ਜੀ, ਸਨਰੂਫ ਵੀ ਹੈਗਾ। ਉਹ ਬੱਲੇ ਉਹ ਨਿਕਲੀ ਐਗਜ਼ੀਕਿਊਟਿਵ ਕਲਾਸ, ਅੱਛਾ ਜੀ ਇਹ ਬਹੁਤ ਵਧੀਆ ਫੀਚਰ ਹੈ ਨਾ। ਪਰ ਤੇਰੀ ਉਹ ਤੇਰੀ ਗੱਡੀ ਦੇ ਜਿੱਥੇ ਕੱਪ ਹੋਲਡਰ ਸੀਗੇ ਨਾ ਪੁਰਾਣੀ ਵਾਲੀ 'ਚ, ਪੁਰਾਣੀ ਵਾਲੀ 'ਚ ਇਹ ਵੀ ਆਪਣੀ ਹੈ, ਵਧੀਆ ਆ। ਇੱਥੇ ਬਾਈ ਸਕਰੀਨਾਂ ਸਕਰੂਨਾਂ ਹੁੰਦੀਆਂ ਇਹ 'ਚ, ਪਰ ਇਹਦੇ 'ਚ ਮਿਸਿੰਗ ਲੱਗਦਾ ਕੰਮ, ਘਰੇ ਰੱਖੀ ਲਵਾ ਕੇ ਸੀਰੀਅਸਲੀ। ਮੈਨੂੰ ਐਂ ਲਾ ਬਾਈ ਕੋਈ ਚੀਜ਼ ਲਾਓ, ਆਹ ਸਨਰੂਫ ਖੋਲੀਏ ਬਾਈ, ਇੱਥੋਂ ਹੀ ਖੋਲ ਦੇਣਾ ਆਪਾਂ, ਚਾਬੀ ਲਾਉਣੀ ਪੈਣੀ ਸ਼ਾਇਦ ਨਾ। ਹੁਣ ਬਾਈ ਮਨਜੋਤ ਆਪਣਾ ਸਨਰੂਫ ਖੋਲ ਕੇ ਵਿਖਾਊਗਾ। ਵਾਹ ਬਣਾਉਣ ਵਾਲੇ ਨੇ ਕਿਆ ਚੀਜ਼ ਬਣਾਈ ਹੈ ਬਾਈ। ਇੱਧਰੋਂ ਜਦੋਂ ਆਪਾਂ ਪਿੱਛੇ ਬਹਿੰਦੇ ਹਾਂ ਨਾ, ਇਹ ਵਿਊ ਹੁੰਦਾ ਗੱਡੀ ਦਾ, ਅਤੇ ਡਰਾਈਵਰ ਵਾਲੀ ਥਾਂ ਤੋਂ ਇੱਦਾਂ ਦਾ ਵਿਊ ਕਾਰ ਦਾ। ਕਾਰ ਬਹੁਤ ਵਧੀਆ, ਇੰਡੀਆ ਦੇ ਵਿੱਚ ਵੀ ਵਾਧੂ ਆ, ਪਰ ਆਪਣੇ ਬਾਈ ਨੇ ਲਈ ਆ ਤਾਂ ਬਾਈ ਮੈਂ ਕਿਹਾ ਵਿਖਾ ਦਈਏ। ਫੀਚਰ ਫੂਚਰ ਹੋਰ ਪਤਾ ਤੈਨੂੰ ਕੋਈ? ਮੈਨੂੰ ਭਰਾ ਸ਼ੱਕ ਹੋ ਰਿਹਾ ਤੇਰੀ ਹੈਗੀ ਵੀ ਹੈ ਕਿ ਨਹੀਂ। ਓ ਮੈਨ ਬਾਈ, ਹੁਣ ਆਪਾਂ ਡੋਰ ਡੋਰ ਕਰ ਦਈਏ ਬੰਦ। ਵਾਹ ਇਹ ਹੈਗਾ ਜੀ ਸਾਡਾ ਬਾਈਸਨ ਟਰਾਂਸਪੋਰਟ ਦਾ ਯਾਰਡ, ਨਾਲ ਉਹਦੇ ਪੈਂਦਾ ਇੱਕ ਹਸਕੀ ਦਾ ਪੰਪ ਜਿੱਥੇ ਆਪਾਂ ਖੜ ਕੇ ਵੀਡੀਓ ਸ਼ੂਟ ਕੀਤੀ ਆ। ANW ਵਧੀਆ ਬਰਗਰ, ਅਤੇ ਬਾਈ ਬਿਗ ਸ਼ਾਊਟ ਆਊਟ ਟੂ ਆਪਣਾ ਭਰਾ ਹੈਗਾ ਲਵਪ੍ਰੀਤ ਰੰਧਾਵਾ, ਮਨਜੋਤ ਦਾ ਯਾਰ ਦੋਸਤ ਆ ਬਾਈ, ਉਹਦੀ ਬਾਈ ਦੀ ਇਹ ਕਾਰ ਹੈਗੀ ਆ ਮਨਜੋਤ ਦੀ ਕਾਰ। ਜੇ ਤੁਸੀਂ ਵੇਖਣਾ ਚਾਹੁੰਦੇ ਆ ਵੀਡੀਓ ਨੂੰ ਕਰੋ ਲਾਈਕ, ਚੈਨਲ ਨੂੰ ਕਰੋ ਸਬਸਕ੍ਰਾਈਬ, ਅਤੇ ਬਾਈ ਦਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾਊਂਗਾ ਇੰਸਟਾਗ੍ਰਾਮ, ਇਹਨੂੰ ਜਾ ਕੇ ਜ਼ਰੂਰ ਫੋਲੋ ਕਰਿਓ, ਅਤੇ ਥੋੜ੍ਹੇ ਜਿਹੇ ਕੁਸ਼ਚਨ ਪੁੱਛਿਓ ਇਹਨੂੰ ਕੈਨੇਡਾ ਬਾਰੇ ਕਿੱਦਾਂ ਕੀ ਗੱਲਬਾਤ ਆ। ਠੀਕ ਹੈ ਅੱਜ ਦੀ ਵੀਡੀਓ, ਜੇ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਜੱਟ ਲਾਈਫ ਟੀਵੀ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਆਹ ਵੇਖ ਲਓ ਬਾਈ ਸਾਨੂੰ, ਚੰਗਾ ਕਰਦੇ ਬਾਏ। ਓਕੇ ਜੀ, ਲਾਈਕ ਸ਼ੇਅਰ ਸਬਸਕ੍ਰਾਈਬ।